ਪੋਲਸੜੇ ਵਿਚਾਰੇ ਕਰੇ ਕਿ ਹੈ ਨਹੀਂ ਸਾਡੇ ਥਾਣੇ ਵਿੱਚ ਟੈਲੀਫੋਨ ਸੱਜਣਾ ਮੈਂ ਟੈਲੀਫੋਨ ਚੱਕਦਾ ਫਿਰ ਤੁਸੀਂ ਚੈੱਕ ਲੋ ਜੀ ਪਹਿਲਾਂ ਤਾਂ ਪਿੰਡ ਦੀ ਗੱਲ ਸੀਗੀ ਕਿ ਪਿੰਡ 'ਚ ਹੀ ਨਹੀਂ ਹੈਗਾ ਗਾਣਾ ਸੀਗਾ ਉਹ ਕਿ ਸਾਡੇ ਪਿੰਡ ਹੈ ਨਹੀਂ ਟੈਲੀਫੋਨ ਸੱਜਣਾ ਹਾਂਜੀ ਤੇ ਹੁਣ ਥਾਣੇ 'ਚ ਵੀ ਹੈ ਨੀਗਾ ਹਾਂਜੀ ਇਹ ਨਾ ਰਿਪੋਰਟ ਆਉਂਦੀ ਹੁੰਦੀ ਹੈ ਬੜੀ ਇੰਟਰਸਟਿੰਗ ਰਿਪੋਰਟ ਹੁੰਦੀ ਆ ਅਸਲ ਦੇ ਵਿੱਚ ਸਾਰੇ ਰਿਪੋਰਟਾਂ ਜ਼ਰੂਰ ਪੜਿਆ ਕਰੋ ਜਿਹੜੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਜਾਂ ਵਕ ਵਕ ਸੰਸਥਾਨਾਂ ਚ ਰਿਪੋਰਟਾਂ ਨਿਕਲਦੀਆਂ ਤਾਂ ਉਹਦੇ ਚ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿੱਥੇ ਖਲੋਤੇ ਆ ਜਾਂ ਇਹਨਾਂ ਚੀਜ਼ਾਂ ਦਾ ਅਸੀਂ ਕਿਸ ਤਰ੍ਹਾਂ ਜਵਾਬ ਦੇ ਸਕਦੇ ਆ ਤਾਂ ਖੈਰ ਗੱਲ ਇਹ ਆ ਕਿ ਜਿਹੜੀ ਇਹ ਪੁਲਿਸ ਨਾਲ ਜੁੜੀ ਰਿਪੋਰਟ ਹੈ ਬੜੀ ਹੈਰਾਨ ਕਰਦੀ ਹੈ ਜੀ ਤਾਂ ਗ੍ਰਹਿ ਮੰਤਰਾਲੇ ਨੇ ਸੰਸਦ ਦੇ ਵਿੱਚ ਇੱਕ ਰਿਪੋਰਟ ਜਿਹੜੀ ਪੇਸ਼ ਕੀਤੀ ਹੈ ਹੈਰਾਨਗੀ ਵਾਲੀ ਗੱਲ ਇਹ ਆ ਕਿ ਦੇਸ਼ ਦੇ ਅੱਡ ਅੱਡ ਰਾਜਾਂ ਦੇ ਵਿੱਚ ਕੁੱਲ 900 ਇਹੋ ਜਿਹੇ ਥਾਣੇ ਆ ਜਿੱਥੇ ਟੈਲੀਫੋਨ ਹੈ ਹੀ ਨਹੀਂ ਕਿੰਨੇ ਥਾਣੇ ਜੀ 900 900 ਪੂਰਾ ਹਾਂ ਜੀ ਦੇ ਵਿੱਚ 233 ਥਾਣਿਆਂ ਕੋਲ ਕੋਈ ਵੀਕਲ ਹੀ ਐ ਨਹੀਂ ਹੈ ਹਾਂ ਜੀ ਉਹ ਚਾਰੇ ਕਿਵੇਂ ਜਾਣਗੇ ਰੇਡਾਂ ਮਾਰਦੇ ਕਿਵੇਂ ਕੰਮ ਕਰਨਗੇ ਹੁਣ ਇਹ ਤਾਂ ਬੜਾ ਔਖਾ ਹੋ ਜਾਂਦਾ ਜਾਂਤੇ ਆ ਕਿ ਉਹ ਜੇ ਕਿਤੇ ਦੂਰ ਨਿਕਲੇ ਤੇ ਉੱਥੇ ਤੇ ਜਿਹੜਾ ਅਫਸਰ ਥੱਕ ਗਿਆ ਤੁਰਦਾ ਤੁਰਦਾ ਉਹਨੇ ਕਿਹਾ ਕਿ ਮੈਨੂੰ ਝਲੀ ਜੀ ਬਣਾ ਕੇ ਉਹਦੇ ਸੇ ਚੱਕ ਲੋ ਵਹਿੰਗੀ ਜੀ ਬਣਾ ਕੇ ਹਾਂ ਜੀ ਇੱਕ ਵਾਰੀ ਪਤਾ ਹੈ ਨਾ ਉਹ ਆ ਜਿਹੜਾ ਹੈਗਾ ਸੀ ਸ਼ਿਵਰਾਜ ਉਹ ਕੁਛੜੀ ਚੜ ਗਿਆ ਸੀ ਜੀ ਜੀ ਥੋੜਾ ਪਾਣੀ ਗੱਟੇ ਗੱਟੇ ਪਾਣੀ ਸੀ ਜੀ ਜੀ ਚੱਕੜ ਤੋਂ ਡਰਦੇ ਚੱਕੜ ਤੋਂ ਡਰਦਾ ਜੀ ਤੁਹਾਡਾ ਕੀ ਪਤਾ ਹੈ ਅੱਛਾ ਗੱਲ ਇਹ ਹੈ ਕਿ ਇਹ ਡੰਗ ਬਣਾ ਲੈਂਦੇ ਨੇ ਪੁਲਿਸ ਪੁਲਿਸ ਵੀ ਉਹ ਜਿਹੀ ਹੋ ਜਾਂਦੀ ਇਹਨਾਂ ਨੂੰ ਪਤਾ ਜੇ ਉਹ ਆਂਦੇ ਹੁੰਦੇ ਨਾ ਕਿ ਜਿਹੋ ਜੇ ਆਲੇ ਉਹ ਜਿਹੇ ਕੁਝੇ ਯੂਪੀ ਦੇ ਵਿੱਚ ਤੁਹਾਨੂੰ ਯਾਦ ਹੈ ਇੱਕ ਵਾਰੀ ਇਹਨਾਂ ਨੇ ਕਮਾਦ ਨੂੰ ਘੇਰਾ ਪਾਇਆ ਤੇ ਉਹ ਜਿਹੜਾ ਵੈਪਨ ਸੀਗਾ ਉਹ ਕਿਤੇ ਚੱਲਿਆ ਨਾ ਤੇ ਸਿਪਾਈ ਮੂੰਹ ਨਾਲ ਕਰੇ ਠਾ ਇਹ ਉਸ ਤਰ੍ਹਾਂ ਦਾ ਜਿਗਾਰਡ ਬਣਾ ਲੈਂਦੇ ਨੇ ਅੱਛਾ ਇੱਕ ਵਾਰੀ ਇਹਨਾਂ ਨੇ ਨਾ ਉਹ ਕਰਨੀ ਸੀਗੇ ਜੀ ਯੂਪੀ ਦੇ ਵਿੱਚ ਹੀ ਸ਼ਾਇਦ ਆ ਜੀ ਜਿਹੜੀ ਹੁੰਦੇ ਨੇ ਘੋੜ ਚੜੀਏ ਘੋੜ ਚੜੀਆ ਪੁਲਿਸ ਵੇਖੀ ਆ ਨਾ ਘੋੜਿਆਂ ਤੇ ਆਉਂਦੀ ਹੁੰਦੀ ਆ ਜੀ ਹੁਣ ਘੋੜੇ ਤੇ ਇਹ ਨਹੀਂ ਸੀਗੇ ਇਹਨਾਂ ਨੇ ਡਾਂਗ ਤੇ ਬਿਠਾ ਦਿੱਤੇ ਉਹ ਡਾਂਗ ਪਾ ਕੇ ਨਾ ਛੱਡਿਆ ਚ ਧੱਕੜ ਦੋ ਧੱਕੜ ਦੋ ਧੱਕੜ ਦੋ ਇਹੋ ਹੋ ਜੋ ਪੁਲਿਸ ਹੋ ਜਾਂਦੀ ਆ ਇਹਦੇ ਬੜੇ ਕਾਰੇ ਕਰਦੇ ਨੇ ਹਾਂ ਜੀ ਹਾਂ ਜੀ ਤਾਂ ਅੱਛਾ 233 ਥਾਣਿਆਂ ਦੇ ਵਿੱਚ ਕੋਈ ਵੀਕਲ ਨਹੀਂ ਜਾਏਗਾ ਤੇ 115 ਥਾਣਿਆਂ ਕੋਲ ਕਹਿੰਦੇ ਵਾਇਰਲੈਸ ਸੈਟੀਆ ਨੇ ਹੈ ਮਤਲਬ ਵਾਇਰਲੈਸ ਹੀ ਨਹੀਂ ਕਰਦੇ ਵਿਚਾਰੇ ਉਹ ਕਬੂਤਰ ਤੇ ਗੱਲ ਸੁਨੇਹਾ ਭੇਜ ਦਿੰਦੇ ਆ ਨਿਹਲਵਾਨ ਕਬੂਤਰ ਜਾ ਜਾ ਕਬੂਤਰ ਜਾ ਸਾਡੇ ਥਾਣੇ ਦਾ ਸੰਦੇਸ਼ ਆ ਲਾਗੇ ਚੌਕੀ ਨੂੰ ਦੇ ਆ ਜੀ ਕਬੂਤਰ ਜਾ ਜਾ ਤਬਈ ਇਹ ਇਹੋ ਜੇ ਹਾਲਤ ਬਣੇ ਪਈ ਹੈ ਸਾਡੇ ਰਾਜਾਂ ਦੇ ਵਿੱਚ ਤਾਂ ਕੁੱਲ ਸਾਡੇ 17233 ਥਾਣੇ ਆ ਜਿਹਦੇ ਵਿੱਚ ਯੂਟੀਵੀ ਆ ਗਿਆ ਸਟੇਟ ਵੀ ਆ ਗਿਆ ਜੀ ਤਾਂ ਖੈਰ ਇਹ ਮਾਮਲਾ ਜਿਹੜਾ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ ਤਾਂ ਪੰਜਾਬ ਦੇ ਜੇ ਥਾਣਿਆਂ ਦੀ ਆਪਾਂ ਗੱਲ ਕਰੀਏ ਪੰਜ ਥਾਣੇ ਇਸ ਤਰ੍ਹਾਂ ਦੇ ਆ ਪੰਜਾਬ ਦੇ ਜਿਨ੍ਹਾਂ ਦੇ ਕੋਲ ਆਪਣਾ ਇਹਨਾਂ ਦੇ ਕੋਲ ਵੀ ਵਹੀਕਲ ਨਹੀਂ ਹੈਗਾ ਜੀ ਨੋਟ ਕਰ ਲਓ ਪੰਜਾਬ ਵਾਲਿਓ ਜੀ ਪੰਜ ਥਾਣੇ ਪੰਜ ਪਾਣੀਆਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਪੰਜ ਥਾਣੇ ਇਸ ਤਰ੍ਹਾਂ ਦੇ ਆ ਜਿੱਥੇ ਇੱਕ ਵੀ ਵਹੀਕਲ ਨਹੀਂ ਹੈਗਾ ਅੱਛਾ ਜੀ ਸਾਡੇ ਇਸ ਵੀ ਚੀਜ਼ਾਂ ਹੀ ਆ ਸਟਾਰਟ ਦੇ ਟੈਲੀਫੋਨ ਕੱਟੇ ਹੋਏ ਨੇ ਹਲੋ ਹਲੋ ਬੰਦਾ ਮਤਲਬ ਕਿ ਸਰਕਾਰੀ ਟੈਲੀਫੋਨ ਇਹ ਨਾ ਸੋਚ ਲਿਓ ਕਿ ਇਹਨਾਂ ਕੋਲ ਵਿਚਾਰਾਂ ਕੋਲ ਮੋਬਾਈਲ ਹੈ ਨਹੀਂ ਗੇ ਦੇਖ ਇੱਕ ਮੋਬਾਈਲ ਹੀ ਦੇ ਆਈਏ ਮੁੰਸ਼ੀਆਂ ਅਸੀਂ ਜਾ ਕੇ ਮਤਲਬ ਕਿ ਜੋ ਟੈਲੀਫੋਨ ਸੇਵਾ ਹੋਣੀ ਚਾਹੀਦੀ ਆ ਉਹ ਨਹੀਂ ਹੈ ਤੇ ਬਿਨਾ ਵਾਇਰਲੈਸ ਤੋਂ ਠਾਈ ਠਾਣੇ ਆ ਸਾਡੇ ਇਥੇ ਵੀ ਤਾਂ ਕਮਾਲ ਦੀ ਗੱਲ ਆ ਕਿ ਪੰਜਾਬ ਦਾ ਨੰਬਰ ਪਹਿਲਿਆਂ ਚ ਹੀ ਰੱਖਿਆ ਹੋਇਆ ਅਗਲਿਆਂ ਨੇ ਜੀ ਤਾਂ ਦੇਖੋ ਆਪਾਂ ਕਹਿੰਦੇ ਆ ਕਿ ਪੰਜਾਬ ਦੇ ਮੈਂ ਤੁਹਾਨੂੰ ਅੱਗੇ ਕਹਾਂ ਸੀ ਇੱਥੇ ਦੀ ਪੁਲਿਸ ਨੂੰ ਬਜਟ ਬਹੁਤ ਘੱਟ ਦਿੱਤਾ ਜਾਂਦਾ ਹੈ ਜੀ ਮਸ਼ੀਨਰੀ ਜਾਂ ਤਕਨੀਕ ਦੇ ਮਾਮਲੇ ਦੇ ਵਿੱਚ ਬਹੁਤ ਘੱਟ ਇਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਜੀ ਇਹ ਜ਼ਰੂਰ ਹੋਣਾ ਚਾਹੀਦਾ ਹੈ ਖੈਰ ਇਹ ਸਾਰਾ ਕੁਝ ਇਹ ਜਿਹੜਾ ਉਹ ਕਿਤੇ ਆਪਾਂ ਆਪਣੇ ਕੋਲੋਂ ਨਹੀਂ ਕਹਿ ਰਹੇ ਜੋ ਸੰਸਦ ਦੇ ਵਿੱਚ ਇਹਨਾਂ ਨੇ ਸਦਨ ਦੇ ਵਿੱਚ ਰਿਪੋਰਟ ਰੱਖੀ ਉਹਦੇ ਵਿਹਾਰ ਤੇ ਕਹਿ ਰਹੇ ਆ ਕਿ ਵੇਖੋ ਆ ਹਾਲਿਆ ਸਰਕਾਰ ਬੋਲਦੀ ਭਾਵਾ ਹਾਂ ਜੀ ਪਰ ਕੀ ਅਸੀਂ ਇਹਨਾਂ ਚੀਜ਼ਾਂ ਵਾਸਤੇ ਆਵਾਜ਼ ਚੁੱਕਾਂਗੇ ਕਦੇ ਜੀ ਕਿ ਠਾਣਿਆਂ ਦੇ ਵਿੱਚ ਸਟੇਸ਼ਨਰੀ ਹੋਣੀ ਚਾਹੀਦੀ ਆ ਵਹੀਕਲ ਹੋਣੇ ਚਾਹੀਦੇ ਉਹਨਾਂ ਦੇ ਕੋਲ ਉਹਨਾਂ ਦਾ ਤੇਲ ਪਾਉਣ ਲਈ ਬਜਟ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਦੰਦ ਨਾ ਵੱਜੇ ਜੀ ਪਰ ਅਸੀਂ ਤੁਹਾਨੂੰ ਪਤਾ ਹੀ ਆ ਇਹਨਾਂ ਮੁੱਦਿਆਂ ਤੇ ਇਹਨਾਂ ਚੀਜ਼ਾਂ ਤੇ ਬੋਲਦੇ ਨਹੀਂ ਆ ਜੀ ਜੀ ਜੀ